हाँ जी जनाब, की हाल चाल है जी। मेरा नाम है सावन, तुसी देख रहे हो अपना चैनल मिस्टर सुनीत। आज दी वीडियो एक बार फिर होने जा रही है जी रॉयल मोटर्स दे नाल, नाल ने इत्थों दे ओनर प्रिंस भाजी। और भाजी क्या हाल है जी? बस वधिया जी, तुसी सुनाओ। बस वधिया वधिया। मैं देखिया तुसी गड्डियां अपने अज घैंट घैंट खड़ाईयां होईयां। गड्डियां अपने तो पूरियां रॉयल रॉल्स। रॉयल जिद्दां दा नाम इहनां दा, आ देखो रॉयल नाम, रॉयल गड्डी दे विच बैठे आ। केहड़ी गड्डी आ? जैगुआर। गड्डिया दे विच इन्ने के ज्यादा फीचर ने कि जिहड़ा बंदा लैण वाला ना उही भुल जांदा कि किहड़े बटन दे नाल की होना। की ने भाजी फीचर इहदे विच दस्सियो भाजी? भाजी देखो जी, इहदा ऑटोमेटिक सिस्टम है, जदों आपां इहनूं स्टार्ट करदे आ। हां जी, आ बहुत वधिया सोहणा सिस्टम है जिहड़ा, इह इहदे गियर्स ने ऑटोमेटिक। हां जी, इह देखो जो स्टार्ट करांगे ऑटोमेटिक बाहर आंदे ने। इह देखो गियर बाहर आ गए, इत्थों गियर घुमाणे आ, इत्थों चलणे आ, सिर्फ क्लच ब्रेक नाल काम करना इन्हें। अच्छा जी, होर कुछ हिंद नहीं हुंदा, बस एक बार डी ड्राइव ते लगाओ इन्हूं, जिद्दां मर्जी सीधा ले जाओ बस। ठीक है, बी तो पार्किंग, आर तो रिवर्स, पार्किंग आर तो रिवर्स, न्यूट्रल न्यूट्रल है, डी तो ड्राइव है। ਪੂਰੀ ਫੁੱਲ ਸੇਫਟੀ ਆ। ਅੱਗੋਂ ਕਾਫੀ ਗੱਡੀ ਲੰਬੀ ਆ, ਅੱਗੋਂ ਕਾਫੀ ਗੱਡੀਆਂ ਦੇ ਵਿੱਚੋਂ ਬਹੁਤ ਮਤਲਬ ਲੰਬਾਈ ਦੇ ਵਿੱਚ ਬਹੁਤ ਆ ਗੱਡੀ ਹੈ। ਠੀਕ ਆ, ਤੇ ਇੱਕ ਭਾਈ ਉਹ ਵਾਲਾ ਫੀਚਰ ਜ਼ਰੂਰ ਦੱਸਿਓ ਜਿਹੜਾ ਆਪਣਾ। ਸੀਟਾਂ ਨੇ ਸਾਰੀਆਂ ਸੀਟਾਂ ਦੇ ਵਿੱਚ ਉਹ ਪਿੱਛੇ ਲੱਗੀਆਂ ਹੋਈਆਂ ਵੈਂਟੀਲੇਟਡ ਸੀਟਾਂ ਨੇ, ਏਸੀ ਵਗੈਰਾ ਨੇ। ਅੱਛਾ ਜੀ, ਇੱਕ ਮਸਾਜਰ ਨੇ, ਆਰਾਮ ਨਾਲ ਗੱਡੀ ਡਰਾਈਵ ਕਰੋ, ਨਾਲ ਮਸਾਜ ਵੀ ਕਰਾਓ, ਇੱਥੋਂ ਬਟਨ ਵਗੈਰਾ ਦੱਬੋ, ਸੀਟਾਂ ਪੂਰੀ ਪਿੱਛੋਂ ਬੈਕ ਢੋਵੇ, ਤੁਹਾਡੀ ਮਸਾਜ ਕਰੇਗੀ ਪਿੱਠ ਦੀ। ਐਕਚੁਅਲੀ ਹੁਣ ਅਸੀਂ ਕਰਾ ਰਹੇ ਹਾਂ ਤਾਂ ਕਰਕੇ ਮੈਂ ਕਿਹਾ ਭਾਈ ਇਹ ਦੱਸਣਾ ਜ਼ਰੂਰ ਆ, ਜਿਹੜੀ ਮਸਾਜ ਬਹੁਤ ਵਧੀਆ ਹੁੰਦੀ ਹੈ ਗੱਡੀ 'ਤੇ ਚੱਲਦੇ ਚੱਲਦੇ। ਇੱਥੋਂ ਬਾਅਦ ਦੋਨੇ ਸੀਟਾਂ ਦੇ ਆ ਬਟਨ ਦੱਬਣੇ ਆ ਜੀ, ਆਹ ਸਟਾਰਟ ਲਿਖਿਆ, ਸਟਾਰਟ ਦੱਬਿਆ, ਆਹ ਪੂਰੇ ਪਿੱਛੇ ਬੈਕ ਸੀਟਾਂ ਦੀ ਮਸਾਜ ਸ਼ੁਰੂ ਹੋ ਜਾਂਦਾ, ਉੱਪਰੋਂ ਥੱਲੋਂ ਕਰਨੀ ਸਾਰੀ। ਹੁਣ ਸਾਡੇ ਇਸ ਟਾਈਮ 'ਤੇ ਮਸਾਜ ਹੋ ਰਹੀ ਹੈ, ਏਸੀ ਹੈ, ਬਟਨ ਬੁਟਨ, ਏਅਰ ਬੈਗ ਵਗੈਰਾ, ਫੁੱਲ ਸੇਫਟੀ। ਜਿਹਨੇ ਮਤਲਬ ਜਿਹੜਾ ਡੇਢ ਡੇਢ ਕਰੋੜ ਸਵਾ ਕਰੋੜ ਨਹੀਂ ਨਾ ਖਰਚ ਸਕਦਾ, ਉਹ ਇਹ ਵਾਲੀ ਗੱਡੀ ਲੈ ਲਵੇ ਤੇ ਨਜ਼ਾਰੇ ਲਵੇ, ਬਸ ਨਜ਼ਾਰੇ ਲਵੇ। ਜਿਹੜਾ ਇੱਥੇ ਅੱਜ ਕੱਲ੍ਹ ਫੋਰਚੂਨਰ ਵਗੈਰਾ ਲੈ ਰਿਹਾ, ਥਾਰਾਂ ਲੈ ਰਿਹਾ, ਉਹਨਾਂ ਨੂੰ ਆਹ ਵਾਲੀ ਲੈਣੀ ਚਾਹੀਦੀ ਹੈ। 40 ਲੱਖ ਰੁਪਏ, 45 ਲੱਖ ਰੁਪਏ ਦੀ ਫੋਰਚੂਨਰ ਹੋ ਗਈ, ਤੇ ਇਹ ਸਿਰਫ ਆਪਾਂ 25-27 ਲੱਖ ਰੁਪਏ ਦੀ ਰੇਂਜ 'ਚ ਲੈ ਲਾਂਗੇ 12 ਮਾਡਲ। 25-27 ਲੱਖ ਦੀ ਗੱਡੀ ਤੁਹਾਨੂੰ ਨਜ਼ਾਰੇ ਦਊਗੀ 1 ਕਰੋੜ ਵਾਲੇ, 1 ਕਰੋੜ, 1.5 ਕਰੋੜ ਵਾਲੇ। ਰੇਟ ਇਹਦਾ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਉਹ 1.5 ਕਰੋੜ ਦਾ। ਹਾਂ, ਅੱਛਾ ਜੀ, ਅਤੇ ਹੋਰ ਕੀ ਭਾਈ ਇਹ 'ਚ ਨੇ ਫੀਚਰ ਦੱਸ ਦਿਓ ਜ਼ਰਾ। ਸਨਰੂਫ, ਸਨਰੂਫ ਵਗੈਰਾ ਹੈਗਾ ਜੀ, ਸਾਰਾ ਖੁੱਲ੍ਹਦਾ, ਸਾਰਾ ਓਪਨ ਹੈ ਜੀ, ਆਟੋਮੈਟਿਕ ਸਿਸਟਮ ਹੈ ਸਾਰਾ। ਆ ਲਓ ਜੀ, ਸਨਰੂਫ ਖੁੱਲ੍ਹ ਗਏ, ਆਟੋਮੈਟਿਕ ਹੀ ਆ ਜੀ ਸਾਰੀ, ਛੱਤ ਵੀ, ਸਨਰੂਫ ਵੀ, ਕੋਈ ਹੱਥ ਨਾਲ ਕੰਮ ਨਹੀਂ ਹੈ, ਸਾਰਾ ਕੰਮ ਹੀ ਬਟਨ ਚਲਾਈ ਆ, ਬਟਨ ਦੱਬੋ, ਸਭ ਕੁਛ ਆ, ਬਟਨ ਦੱਬੋ, ਕਦੀ ਇਹ ਖੋਲ੍ਹਿਆ, ਕਦੀ ਉਹ, ਬਸ USB ਪੈਨ ਡਰਾਈਵ ਹੋਈ, ਔਕਸ, ਜੋ ਮਰਜ਼ੀ ਲਗਾਓ, ਜੋ ਮਰਜ਼ੀ, ਹਰ ਚੀਜ਼ ਹੈਗਾ ਇਹਦੇ ਵਿੱਚ ਹੀ ਹੈ ਵਗੈਰਾ ਹੈਗਾ ਇੱਥੇ। ਆਹ ਪੈਡਲ ਸ਼ਿਫਟਰ ਨੇ, ਉਪਰੋਂ ਮੇਰੇ ਖਿਆਲ ਨਾਲ ਪੈਂਦਾ ਵਾ, ਚਲੋ ਨਿਕਲਦਾ ਉਧਰੋਂ ਨਿਕਲਣਗੇ। ਗੱਡੀ ਦੇਖੋ ਕਿੰਨੀ ਰੋਇਲ ਆ, ਸਪੀਕਰ ਦਿੱਤੇ ਹੋਏ ਨੇ,
ਇੱਥੇ ਐਡਜਸਟਮੈਂਟਸ ਨੇ, ਸਾਰੀਆਂ ਸੀਟਾਂ ਆਟੋਮੈਟਿਕ ਐਡਜਸਟਮੈਂਟ ਨੇ, ਸਾਰੀਆਂ ਬੰਦਾ ਉੱਧਰ ਬਹਿ ਕੇ ਕਰ ਲਵੇ, ਕੰਡਕਟਰ ਸਾਈਡ ਚਾਹੇ ਡਰਾਈਵਰ ਵਾਲਾ, ਆਪਣਾ ਆਪਣਾ ਫੀਚਰ ਜਿਵੇਂ ਮਰਜ਼ੀ ਵਰਤੇ। ਫਸਟ ਓਨਰ ਗੱਡੀ ਹੈ ਜੀ, ਅੱਜ ਤੱਕ 50,000 ਮਾਈਲਸ ਚੱਲੀ ਹੋਈ ਹੈ। ਅੱਛਾ ਜੀ, 50,000 ਚੱਲੀ ਹੈ। ਮੀਟਰਸ ਵਗੈਰਾ ਦੀ ਐਕਸੀਡੈਂਟ ਦੀ ਸਾਡੇ ਵੱਲੋਂ ਫੁੱਲ ਗਰੰਟੀ ਹੈ। ਠੀਕ ਹੈ, ਕੋਈ ਗੱਡੀ ਐਕਸੀਡੈਂਟ ਨਹੀਂ ਹੋਏਗੀ, ਕੋਈ ਮੀਟਰ ਟੈਂਪਰ ਵਗੈਰਾ ਨਹੀਂ ਹੋਏਗਾ। ਅਤੇ ਕਿੰਨਾ ਮਾਡਲ ਦੱਸਿਆ ਜੀ ਇਹ? 2012 ਹੈ ਜੀ। 2012 ਮਾਡਲ? 2012 ਮਾਡਲ। ਅਤੇ ਡਿਮਾਂਡ ਹੈਗੀ ਆਪਣੀ? ਇਹ ਤਕਰੀਬਨ 27 ਲੱਖ ਰੁਪਇਆ ਮੰਗਦੇ ਪਏ ਆ। 27 ਲੱਖ ਦੀ ਸਾਨੂੰ ਆਸ ਆ, ਬਾਕੀ ਜਦੋਂ ਓਨ ਟੇਬਲ 'ਤੇ ਬੈਠਾਂਗੇ ਕੋਈ ਡੀਲ ਹੋਏਗੀ, ਅਗਲਾ ਲੱਖ ਘੱਟ ਜੇ, 2 ਘੱਟ ਜੇ, ਕੁਛ ਵੀ ਹੋ ਸਕਦਾ। ਠੀਕ ਹੈ ਜੀ, 3 ਘੱਟ ਜੇ, ਕੁਛ ਕਹਿ ਨਹੀਂ ਸਕਦੇ। ਵੱਡੀਆਂ ਗੱਡੀਆਂ ਜਿੰਨੀਆਂ ਓਨਾ ਹੀ ਮਤਲਬ ਵਿੱਚੋਂ ਲੈਸ ਹੋ ਜਾਂਦੀ ਆ ਮੌਕੇ 'ਤੇ ਟੇਬਲ 'ਤੇ। ਫਿਰ ਆਉਂਦੀ ਆ ਜੀ ਵਰਨਾ ਮਾਡਲ। ਮਾਡਲ ਆਟੋਮੈਟਿਕ ਆ। ਠੀਕ ਹੈ ਜੀ, ਅਤੇ ਗੱਡੀ ਫਸਟ ਓਨਰ ਆ, ਬਹੁਤ ਨਵੀਂ ਗੱਡੀ ਹੈ। ਜਿਹਨੇ ਆਟੋਮੈਟਿਕ ਲੈਣੀ, ਆਮ ਵਰਨਾ ਲੱਭਦੀ ਨਹੀਂ ਹੈਗੀ ਨਾ ਮਿਲਦੀ ਹੈ। ਤਕਰੀਬਨ 90,000 ਚੱਲੀ ਹੋਈ ਹੈ, ਫਸਟ ਓਨਰ ਹੈ। ਅਤੇ ਰੇਂਜ ਹੈਗੀ ਕੋਈ 7.5 ਲੱਖ ਰੁਪਏ ਦੀ ਰੇਂਜ। 7.5 ਲੱਖ ਦੀ ਵਰਨਾ ਆਟੋਮੈਟਿਕ। ਆਟੋਮੈਟਿਕ 2000 ਕਿੰਨਾ? 15 ਮਾਡਲ। 2015 ਮਾਡਲ। ਅੰਦਰ ਸੀਟ ਕਵਰ ਵਗੈਰਾ, ਸਟੀਅਰਿੰਗ ਕਵਰ ਸਾਰਾ ਅਲੋਏ ਟਾਇਰ ਕੰਪਨੀ ਦੇ, ਸਾਰਾ ਬਹੁਤ ਨਵੀਂ, ਸਕਰੈਚਲੈਸ, ਕੋਈ ਰੀਪ੍ਰਿੰਟ ਨਹੀਂ, ਕੋਈ ਵੱਜੀ ਲੱਗੀ, ਸਾਰੀ ਨਵੀਂ ਹੈ, ਓਰੀਜਨਲ। ਮੀਟਰ ਦੀ ਵੀ ਗਰੰਟੀ, ਇਹਦੇ 'ਚ ਐਕਸੀਡੈਂਟ ਦੀ ਵੀ, ਸਾਰੀਆਂ ਗੱਡੀਆਂ ਦੀ ਗਰੰਟੀ, ਸਾਰੀਆਂ ਗੱਡੀਆਂ ਦੀ ਗਰੰਟੀ ਭਾਅ ਜੀ ਲੈ ਰਹੇ ਆਪਣੀ ਗੱਡੀਆਂ ਦੀ। ਠੀਕ ਹੈ ਜੀ, ਹਾਂ ਹਾਂ। ਫਿਰ ਆਉਂਦੇ ਜੀ ਕਰੇਟਾ, ਦੱਸਿਓ ਭਾਅ ਜੀ। 19 ਮਾਡਲ ਹੈ, 1920 ਮਾਡਲ। 2019 ਮਾਡਲ। ਠੀਕ ਹੈ ਜੀ, ਇਹ ਸਭ ਤੋਂ ਟੋਪ ਮਾਡਲ ਹੈ। ਆਟੋਮੈਟਿਕ ਸਾਨੂੰ ਵਗੈਰਾ ਸਭ ਕੁਛ ਆਉਂਦਾ, ਜੇ ਪੁਸ਼ ਬਟਨ ਵਗੈਰਾ ਸਾਰਾ ਕੁਛ ਆਉਂਦਾ। ਨਵੀਂ ਬਟਨ 1 ਲੱਖ ਰੁਪਏ ਦੀ ਖਰੀਦੀ ਗਈ ਨਾਲ। ਕਿੰਨੇ ਦੀ? ਹੁਣ ਨਵਾਂ ਮਾਡਲ 21 ਲੱਖ ਰੁਪਏ ਦਾ ਹੋ ਗਿਆ। 21 ਲੱਖ ਵਾਲੀ ਗੱਡੀ ਤੁਸੀਂ ਕਿੰਨੇ 'ਚ ਦੇ ਰਹੇ ਹੋ? 14 ਲੱਖ ਰੁਪਏ ਦੀ। 14 ਲੱਖ ਦੇ ਵਿੱਚ 50,000 ਚੱਲੀ ਹੈ। 50,000 ਚੱਲੀ ਹੈ, ਇੰਨੇ ਪੈਸੇ ਬਚਾ ਦਿੱਤੇ, ਸਾਰੇ ਬਚਾ ਦਿੱਤੇ। ਮਿਲਦੀਆਂ ਨਹੀਂ ਪਈਆਂ ਕੰਪਨੀ, ਕਰੈਟਾ ਕਰੂਟਾ ਹੋ ਗਈ, ਵਰਨਾ ਹੋ ਗਈ, ਸਾਰੀਆਂ ਦੀ ਵੇਟਿੰਗ ਇਸ ਟਾਈਮ ਕੰਪਨੀ ਦੇ ਵਿੱਚ ਵੇਟਿੰਗ ਚੱਲਦੀ ਪਈ ਹੈ। ਅਤੇ ਇੱਥੇ ਤੁਹਾਨੂੰ ਰੋਇਲ ਮੋਟਰ 'ਤੇ ਇੰਸਟੈਂਟ ਗੱਡੀ ਮਿਲੂਗੀ। ਫਿਰ ਆਏ ਜੀ i20, ਦੱਸਿਓ ਭਾਅ ਜੀ। i20 ਹੈ ਜੀ, ਬਿਲਕੁਲ ਲੇਟੈਸਟ ਨਵਾਂ ਮਾਡਲ ਹੈ, 5 ਮਹੀਨੇ ਪੁਰਾਣੀ ਹੈ, December 2021। ਦਸੰਬਰ ਦੀ? December 2021, 5 ਮਹੀਨੇ ਪੁਰਾਣੀ ਹੈ ਸਿਰਫ। 5 ਮਹੀਨੇ ਪੁਰਾਣੀ ਅਤੇ 5,000 ਚੱਲੀ। ਲਿਫਾਫੇ ਵੀ ਚੜੇ ਹੋਏ ਨੇ, ਲਿਫਾਫੇ ਵੀ ਨਹੀਂ ਉਤਰੇ ਹਜੇ। ਦੇਖੋ ਹਰ ਚੀਜ਼ ਲੱਗੀ ਨੂੰ, ਲਾਈਟ ਆਰ ਕੰਪਨੀ ਦੀ ਹੈ, ਸੀਟ ਕਵਰ ਵਗੈਰਾ, ਉਹ ਲਿਫਾਫੇ ਉੱਦਾਂ ਹੀ ਪਏ ਹੋਏ ਆ ਹਾਲੇ। ਮਤਲਬ ਬੰਦੇ ਨੇ ਲਿਆ ਕੇ ਖੜਾ ਦਈਏ ਤੁਹਾਡੇ ਕੋਲ ਹੀ ਹੈ ਬਸ। ਉਹ ਕਹਿੰਦੇ ਹੁਣ i5 ਉੱਪਰ ਦੀ ਵੱਡੀ ਉੱਚੀ ਗੱਡੀ ਲੈਣੀ ਹੈ ਤਾਂ ਵੇਚਣੀ ਹੈ। ਲੁਧਿਆਣੇ 'ਚ ਪੈਸਾ ਹੀ ਬਹੁਤ ਹੈ ਜੀ, ਥੋੜ੍ਹੇ ਦਿਨ ਚਲਾ ਕੇ ਬੰਦਾ ਵੇਚ ਦਿੰਦਾ। ਪਟਿਆਲੇ ਤੋਂ ਆਈ ਹੋਈ ਹੈ ਨਾਲੇ, ਪਟਿਆਲੇ ਦਾ ਨੰਬਰ ਹੈ ਜੀ। ਬਿਲਕੁਲ ਗੱਡੀ ਹੈ, ਸਿਰਫ 5,000 ਚੱਲੀ ਹੈ, December 2021 ਮਾਡਲ। ਕਿੰਨਾ ਡਿਮਾਂਡ ਕਿੰਨੀ ਹੈ? 10.5 ਲੱਖ ਰੁਪਏ ਦੀ ਰੇਂਜ ਆ, ਇੱਥੇ 9,40,000 ਰੁਪਏ ਦੀ। 10.5 ਲੱਖ ਵਾਲੀ ਗੱਡੀ 5,000 ਚੱਲੀ, 9,40,000 ਰੁਪਏ ਦੀ। 1 ਲੱਖ ਘੱਟ ਗਿਆ? ਹਾਂ, 1 ਤੋਂ 1 ਲੱਖ, ਬਾਕੀ ਮੌਕੇ 'ਤੇ ਹੋਰ ਸ਼ਾਇਦ 10-15 ਘੱਟ ਜਾਣਾ, ਹੋਰ ਘਟਾ ਦੇਣਗੇ ਮੌਕੇ 'ਤੇ। 1 ਲੱਖ ਤਾਂ ਸਿੱਧਾ ਹੀ ਘੱਟ ਗਿਆ, ਮਤਲਬ ਤੁਸੀਂ ਏਜੰਸੀ ਨਾ ਜਾ ਕੇ ਇੱਥੇ ਆ ਜਾਓ, 1 ਲੱਖ ਰੁਪਿਆ ਡਿਸਕਾਊਂਟ ਮਿਲ ਜੂਗਾ। ਕੰਪਨੀ 2-3 ਮਹੀਨਿਆਂ ਦੀ ਵੇਟਿੰਗ ਦੱਸ ਰਿਹਾ ਗੱਡੀ, ਇਹਦੀ ਵੇਟਿੰਗ ਚੱਲਦੀ ਹੈ। ਲਓ ਜੀ, ਇਹਦੀ ਵੀ ਵੇਟਿੰਗ ਹੈ, ਨਹੀਂ ਤਾਂ ਮਤਲਬ ਉੱਥੇ ਤਾਂ ਬਲੈਕ ਹੀ ਮਿਲਣ ਵਾਲੀ ਤੁਹਾਨੂੰ। ਹਾਂ ਹਾਂ। ਫਿਰ ਆਉਂਦੀ ਜੀ ਸਵਿਫਟ, ਦੱਸਿਓ ਭਾਅ ਜੀ। ਇਹ ਵੀ ਪੈਟਰੋਲ ਮਾਡਲ ਹੈ ਜੀ, ਪੈਟਰੋਲ 21 ਮਾਡਲ ਆ, ਸਿਰਫ 2,000 ਚੱਲੀ। 2,000 ਚੱਲੀ ਬਸ, ਇਹਦਾ ਸ਼ੋਰੂਮ ਤਾਂ ਸਿੱਧਾ ਇੱਧਰ ਆਈ ਹੈ, ਸ਼ੋਰੂਮ 'ਚ ਲੈ ਕੇ ਖੜੀ ਕੀਤੀ ਹੋਈ ਹੈ ਬਸ। ਤੁਸੀਂ ਕੀ ਡਿਮਾਂਡ ਕਰਦੇ ਹੋ ਇਹਦੀ? ਇਹ ਗੱਡੀ ਮਿਲਦੀ ਜੀ ਆਪਾਂ ਨੂੰ 6,90,000 ਰੁਪਏ ਦੀ। 6,90,000 ਦੀ? ਹਾਂ। ਇਹ VDI ਆ? ਇਹ VXI ਪੈਟਰੋਲ। VXI ਪੈਟਰੋਲ ਗੱਡੀ ਹੈ ਜੀ, VXI ਨਵੀਂ ਹੈਗੀ, ਉਹਨੇ 8.5-8 ਲੱਖ ਰੁਪਏ ਦੀ ਰੇਂਜ। ਜੀ ਗੱਡੀ ਦੇਖੋ ਤੁਸੀਂ ਪਹਿਲਾਂ ਅੰਦਰੋਂ, ਬਾਹਰ ਕੁਛ ਵੀ ਨਹੀਂ ਕੀਤਾ, ਟੱਚ ਸਕਰੀਨ ਲੱਗੀ ਹੋਈ ਆ, ਲਿਫਾਫੇ ਉੱਦਾਂ ਹੀ ਚੜੇ ਹੋਏ ਨੇ, ਬਿਲਕੁਲ ਬ੍ਰੈਂਡ ਨਿਊ ਗੱਡੀ। ਜਿਹੇ ਜੀ ਗੱਡੀ ਦੇ ਅੰਦਰ ਬੈਠ ਕੇ ਖੁਸ਼ਬੂ ਆਉਂਦੀ ਹੈ ਨਾ, ਉਹੀ ਵਾਲੀ ਆ ਰਹੀ ਇਸ ਟਾਈਮ, ਤੁਸੀਂ ਆਪ ਆ ਕੇ ਐਕਸਪੀਰੀਅੰਸ ਕਰ ਸਕਦੇ ਹੋ। ਡਿਜ਼ਾਇਰ ਆ ਗਈ ਜੀ, ਡਿਜ਼ਾਇਰ 14 ਮਾਡਲ VDI, 2014 ਮਾਡਲ ਡਿਜ਼ਾਇਰ VDI, ਬਿਲਕੁਲ ਗੱਡੀ ਚੱਲੀ ਦਾ ਬਹੁਤ ਹੈਗੀ, ਸਮਝ ਲਓ 90,000 ਚੱਲੀ ਹੈ। 90,000 ਚੱਲ ਗਈ, ਪਰ ਗੱਡੀ ਸਾਂਭ ਨਾਲ, ਸੰਭਾਲ ਨਾਲ, ਕੰਪਨੀ ਰਿਕਾਰਡ ਨਾਲ ਚੱਲੀ ਹੈ, ਹਰ ਕੰਮ ਦਾ ਕੰਪਨੀ ਦੇ ਵਿੱਚ ਆ। ਇੰਜੀਨੀਅਰ ਇੱਕ ਨੱਟ ਵੀ ਲਵਾਇਆ ਉਹਨਾਂ ਨੇ, ਉਹ ਵੀ ਕੰਪਨੀ 'ਚ, ਕੰਪਨੀ ਨਾਲ ਹੀ। ਮਾਰੋ ਗੱਡੀ ਦੇਖੋਗੇ, ਲੱਗਦੀ ਨਹੀਂ 90,000 ਚੱਲੀ ਨੂੰ, ਜੇ ਆਪਾਂ ਮੀਟਰ ਅਸੀਂ 50,000 ਕਹਿ ਦਈਏ ਤਾਂ ਵੀ ਮੰਨਣਗੇ, ਪਰ ਅਸੀਂ ਕੁਛ ਨਹੀਂ ਕਰਦੇ, ਮੀਟਰ ਟੈਂਪਰਿੰਗ ਨਹੀਂ ਕਰਨੀ ਹੈ,
ਮੀਟਰ ਟੈਂਪਰ ਨਹੀਂ ਕਰਦੇ ਜੀ, ਜੋ ਹੈਗਾ ਵਾ ਜੈਨੂਇਨ ਆ। ਗੱਡੀ ਚਲਾ ਕੇ ਕੋਈ ਦੇਖੇ ਗੱਡੀ ਕਹੂਗਾ ਵੀ 90,000 ਚੱਲੀ, ਇੰਨੀ ਸਮੂਥ ਚੱਲਦੀ ਹੈ, ਸਾਫ਼ ਸੁਥਰੀ ਗੱਡੀ ਹੈ, ਬਹੁਤ ਸੋਹਣੀ ਹੈ। ਅਤੇ ਕੀ ਡਿਮਾਂਡ ਹੋਣ ਵਾਲੀ ਹੈ ਭਾਅ ਜੀ ਇਹਦੀ? ਇਹ ਮਿਲ 4,80,000 ਰੁਪਈਆ ਕਹਿੰਦੇ ਜੀ, 4,80,000 ਦੀ ਡਿਮਾਂਡ ਆ। ਹਾਂ, 14 ਮਾਡਲ ਵੀਡੀ ਆ ਜੀ। ਫੋਰਡ ਫੀਸਟਾ ਆ ਜਾਂਦੀ ਹੈ ਜੀ, ਦੱਸਿਓ ਭਾਅ ਜੀ ਕਿੰਨਾ ਮਾਡਲ? 13 ਮਾਡਲ ਆ ਜੀ, ਉਹਦੀ ਰੀਸੇਲ ਵਗੈਰਾ ਘੱਟ ਹੈ, ਪਰ ਜੇ ਕਿਸੇ ਨੇ ਡੀਜ਼ਲ ਦਾ ਫਾਇਦਾ ਲੈਣਾ ਫਿਰ ਉਹਦੇ ਲਈ ਠੀਕ ਹੈ। ਠੀਕ ਹੈ ਜੀ, 2013 ਮਾਡਲ? ਹਾਂ, 13 ਮਾਡਲ ਆ, ਡੀਜ਼ਲ ਡੀਜ਼ਲ। ਅਤੇ 2,90,000 ਰੁਪਏ ਜੀ 13 ਮਾਡਲ, 2,90,000 ਦੀ ਡਿਮਾਂਡ ਆ। ਬਾਕੀ ਮੌਕੇ 'ਤੇ? ਬਾਕੀ ਮੌਕੇ 'ਤੇ ਹੋ ਜਾਏਗਾ। ਜ਼ੈਨ ਆ ਜਾਂਦੀ ਆ ਜੀ, ਜਿਹੜੀ ਲੱਭੇ ਤਾਂ ਨਹੀਂ ਲੱਭਦੀ ਪਈ ਅੱਜ ਕੱਲ੍ਹ। ਜ਼ੈਨ ਦੀ ਇੰਨੀ ਬਰੈਕ ਆ, ਤਾਂ ਕੰਪਨੀ ਅੱਜ ਕੱਢ ਦੇਵੇ ਇਹ ਵੀ ਵਿਕਣ ਲੱਗ ਜਾਣੀ ਆ ਦੁਬਾਰਾ ਦਾੜ੍ਹ। ਇਹ ਡੀਜ਼ਲ ਗੱਡੀ ਆ, DI ਮਾਡਲ ਆ, ਡੀਜ਼ਲ ਗੱਡੀ ਆ, ਡੀਜ਼ਲ ਆ। ਅਤੇ ਕਿੰਨਾ ਮਾਡਲ ਆ? ਡੀਜ਼ਲ ਗੱਡੀਆਂ ਖਤਮ ਹੋ ਗਈਆਂ, ਹੁਣ ਕੋਈ ਕੋਈ ਪੀਸ ਕਿਸੇ ਕੋਲ ਬਚਿਆ ਹੋਇਆ। 2004 ਮਾਡਲ ਆ। ਠੀਕ ਹੈ ਜੀ, ਘੱਟੋ ਘੱਟ 25,000 ਰੁਪਏ ਦੇ ਦਿੰਦੇ ਹੋ। ਲਾਈਟ ਆ, ਨਵਾਂ ਸੈੱਟ ਆ, ਨਵੇਂ ਲੋਏ ਪਏ ਹੋਏ ਨੇ, ਉਹ ਦੇਖੋ ਜੀ ਦੂਰੋਂ ਚਮਕਦੀ ਪਈ ਹੈ। ਡਾਕਟਰ ਦੀ ਗੱਡੀ ਹੈ, 65,000 ਚੱਲੀ ਫਸਟ ਓਨਰ ਅੱਜ ਤੱਕ, ਕੋਈ ਗੱਡੀ ਕਿਤੋਂ ਵੱਜੀ ਨਹੀਂ, ਮੀਟਰ ਦੀ ਵੀ ਗਰੰਟੀ। 2004 ਮਾਡਲ, 4 ਮਾਡਲ। RC ਦੀ ਸਾਰੀ ਅਪ ਟੂ ਡੇਟ ਆ, 2024-25 ਤੱਕ ਦੀ RC ਪਾਸ ਹੈ। ਪਾਸਿੰਗ ਕਿੰਨੇ ਦੇਰ ਦੀ? ਔਨਲਾਈਨ ਬਣ ਰਹੀ ਆ, 2024 ਅਤੇ 25 ਤੱਕ, 25 ਤੱਕ ਦੀ ਪਾਸਿੰਗ ਆ ਇਹਦੀ। ਅਤੇ ਕੀ ਡਿਮਾਂਡ ਹੋਣ ਵਾਲੀ ਹੈ ਭਾਅ ਜੀ ਇਹਦੀ? 1,70,000 ਰੁਪਏ ਮੰਗਦੇ ਪਏ ਜੀ। 1,70,000 ਦੀ ਡਿਮਾਂਡ ਆ। ਫਿਰ ਆ ਜਾਂਦੇ ਸਕੋਰਪੀਓ, ਦੱਸਿਓ ਭਾਅ ਜੀ ਇਹਦੇ ਬਾਰੇ। ਸਕੋਰਪੀਓ ਜੀ ਰਾਜਾ ਚੱਲ ਰਿਹਾ ਅੱਜ ਕੱਲ੍ਹ ਮਹਿੰਦਰਾ ਦਾ ਪੂਰਾ। ਇਹ ਗੱਡੀ 60,000-65,000 ਚੱਲੀ ਹੋਈ ਹੈ, ਇਹ 18.5 ਲੱਖ ਰੁਪਏ ਦੇ ਦਾਂਗੇ ਇੱਥੇ। 18.5 ਲੱਖ ਦੀ ਗੱਡੀ ਜਿਹੜੀ ਹੈਗੀ ਆ ਸ਼ੋਰੂਮ 'ਚੋਂ, 21 ਲੱਖ ਰੁਪਏ ਦੀ। ਕਿੰਨਾ ਮਾਡਲ ਦੱਸਿਆ ਜੀ? ਇਹ ਹੈਗੀ 18 ਮਾਡਲ, ਇਹ 20 ਮਾਡਲ, 2020 2020 ਮਾਡਲ, 2 ਸਾਲ ਚੱਲੀ ਹੈ ਮਤਲਬ। ਲਾਈਟਰ ਇਹਨੂੰ ਵੀ ਐਕਸਟਰਾ ਲੱਗੇ ਹੋਏ ਆ ਜੀ, ਇਹੀ ਲਾਈਟਰ ਪਏ ਹੋਏ ਨੇ, 1.5 ਲੱਖ 1.25 ਲੱਖ ਇੱਦਾਂ ਸੈੱਟ ਪੈਂਦਾ। ਅੱਛਾ ਜੀ, 70,000-70,000 ਦੇ ਅਲੱਗ ਪੈਂਦੇ ਨੇ। ਜਿਹੜਾ ਹੁਣ ਨਵੀਂ ਗੱਡੀ ਕੋਈ ਲਊਗਾ 22 ਲੱਖ ਵਾਲਾ, 23-23 ਲੱਖ ਰੁਪਏ 'ਚ ਪੈਣੀ ਹੈ। ਹੋਰ ਕਿਹੜੀ ਕਿਹੜੀਆਂ ਗੱਡੀਆਂ ਭਾਅ ਜੀ? ਇਸ ਤੋਂ ਇਲਾਵਾ ਇੱਕ ਆਪਣੇ ਕੋਲ ਸੀ ਬਰੀਜ਼ਾ ਮਾਡਲ ਖੜੀ ਹੈ, ਬਰੀਜ਼ਾ ਆਟੋਮੈਟਿਕ ਹੈ, 5,000 ਚੱਲੀ, ਉਹ ਵੀ 2021 ਮਾਡਲ ਬਰੀਜ਼ਾ। ਬਰੀਜ਼ਾ ਕਲਰ ਹੈ ਭਾਅ ਜੀ? ਮਾਊਸ ਗ੍ਰੇ ਕਲਰ ਹੈ, ਸਿਲਵਰ ਇਹ ਇੱਦਾਂ ਦਾ ਹੀ ਆ। ਇਹ ਨਹੀਂ ਹੈਗੀ ਬਟ ਇਹ ਡੀਜ਼ਲ ਆ, ਇਹਦੇ ਨਾਲ ਦੀ ਆ। 2000 ਕਿੰਨਾ ਮਾਡਲ ਦੱਸੇ? 2021 ਮਾਡਲ ਹੀ ਆ ਜੀ, 5,000 ਚੱਲੀ ਉਹ ਵੀ। 2021 ਮਾਡਲ 5,000 ਚੱਲੀ ਆ, ਪੈਟਰੋਲ ਆਟੋਮੈਟਿਕ ਆ ਭਾਈ, ਸਿੱਧੇ ਸ਼ੋਰੂਮ 'ਚ ਲਿਆ ਕੇ ਖੜਾ ਰਹੇ ਹੋ। 12.5 ਲੱਖ ਵਾਲਾ ਮਾਡਲ ਹੈ, ਆਪਾਂ ਤਾਂ 11.5 ਲੱਖ ਰੁਪਏ ਦੀ ਰੇਂਜ ਲੈ ਲਾਂਗੇ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਬਣੀ ਆ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ। पूरा साल मेहनत करता हूं आपके लिए बेटा, ऐसा नहीं चलेगा, ऐसा नहीं चलेगा। इसी के साथ आज की मजदूरी यही खत्म करते हैं। अगर तुम्हें वीडियो पसंद आई तो लाइक मारो यार, और अगर तुम लोग नए हो तो